ਕਾਰਨ ਜਦੋਂ ਪਾਰਟੀ ਤਾਨਾਸ਼ਾਹੀ ਹੋ ਜੇ ਨਾ, ਰਾਜਾ ਵਪਾਰੀ ਹੋ ਜੇ, ਤੇ ਉਦੋਂ ਇਹ ਗੱਲਾਂ ਬੀਤਦੀਆਂ ਨੇ। ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਲਾਤਕਾਰੀ ਬੰਦਾ ਨਾ ਲਓ। ਉਹ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਉਹ ਬਲਾਤਕਾਰੀ ਦਾ ਸਾਥ ਦੇਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਹੀ ਉਹਦਾ ਸਾਥ ਦਿੰਦੇ ਰਹੇ ਨੇ। ਧੀਆਂ ਭੈਣਾਂ ਦੀ ਗੱਲ ਕੀਤੀ ਸੀ, ਧੀਆਂ ਭੈਣਾਂ ਨੂੰ ਬਚਾਉਣ ਦੀ ਗੱਲ ਕੀਤੀ ਸੀ, ਕਿਉਂਕਿ ਪਾਰਟੀ ਪਹਿਲਾਂ ਬੜੇ ਮਾੜੇ ਦੌਰ ਚੋਂ ਲੰਘ ਰਹੀ ਸੀ। ਰਵੀਕਰਨ ਸਿੰਘ ਕਾਲੋ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਬੀਜੇਪੀ ਜੁਆਇਨ ਕੀਤੀ ਹੈ, ਸੁਨੀਲ ਜਾਖੜ, ਮਨਜਿੰਦਰ ਸਿੰਸਾ ਜੀ ਵੀ ਮੌਜੂਦ ਨੇ। ਕਾਲੋ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ 1992 ਤੋਂ ਲੈ ਕੇ ਜਦ ਤੁਹਾਡੀ ਯੂਥ ਜਾਂ ਸਾਰਾ ਕੰਮ ਕੀਤਾ ਹੈ, ਅੱਜ ਤੁਸੀਂ ਬੀਜੇਪੀ ਜੁਆਇਨ ਕਰਿਆ, ਕਾਰਨ ਕੀ ਰਿਹਾ? ਕਾਰਨ ਜਦੋਂ ਪਾਰਟੀ ਤਾਨਾਸ਼ਾਹੀ ਹੋ ਜੇ ਨਾ, ਰਾਜਾ ਵਪਾਰੀ ਹੋ ਜੇ, ਤੇ ਉਦੋਂ ਇਹ ਗੱਲਾਂ ਬੀਤਦੀਆਂ ਨੇ। ਜਦੋਂ ਪਾਰਟੀ ਇੱਕ ਕਾਰਪੋਰੇਟ ਸਿਸਟਮ ਦੇ ਰਾਹੀਂ ਚਲਾਈ ਜਾਵੇ ਤੇ ਜਿਹਦੇ ਵਿੱਚ ਵਰਕਰ ਦੀ ਆਵਾਜ਼ ਨੂੰ ਦਬਾਇਆ ਜਾਵੇ, ਤੇ ਉਦੋਂ ਫਿਰ ਇਹ ਹਾਲਾਤ ਪੈਦਾ ਹੁੰਦੇ ਨੇ। ਤੇ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਲਾਤਕਾਰੀ ਬੰਦਾ ਨਾ ਲਓ। ਮੈਂ ਇੱਕ ਮੰਚ 'ਤੇ ਗੱਲ ਰੱਖੀ ਸੀ ਜਿਹਦੇ ਵਿੱਚ ਸਾਰੇ ਮੇਰੇ ਹਲਕੇ ਦੇ ਸਾਰੇ ਆਗੂ ਸਾਹਿਬਾਨ ਸੀ, ਉਹ ਆਏ ਸੀ, ਤੇ ਉਹ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਉਹ ਬਲਾਤਕਾਰੀ ਦਾ ਸਾਥ ਦੇਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਹੀ ਉਹਦਾ ਸਾਥ ਦਿੰਦੇ ਰਹੇ ਨੇ। ਅਤੇ ਇਸ ਕਰਕੇ ਉਹਨਾਂ ਨੇ ਮੈਨੂੰ ਜਿਹੜਾ ਵਾ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾਇਆ, ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ। ਮੈਂ ਧੀਆਂ ਭੈਣਾਂ ਦੀ ਗੱਲ ਕੀਤੀ ਸੀ, ਧੀਆਂ ਭੈਣਾਂ ਨੂੰ ਬਚਾਉਣ ਦੀ ਗੱਲ ਕੀਤੀ ਸੀ, ਕਿਉਂਕਿ ਪਾਰਟੀ ਪਹਿਲਾਂ ਬੜੇ ਮਾੜੇ ਦੌਰ 'ਚੋਂ ਲੰਘ ਰਹੀ ਸੀ। ਸਾਡੀ ਪਾਰਟੀ 'ਤੇ ਬੇਅਦਬੀ ਦੇ ਇਲਜ਼ਾਮ ਲੱਗੇ, ਨਸ਼ੇ ਦੇ ਇਲਜ਼ਾਮ ਲੱਗੇ, ਅਤੇ ਇੱਕ ਆ ਬਲਾਤਕਾਰ ਵਾਲਾ ਜਿਹੜਾ ਜੇ ਅਸੀਂ ਲੈ ਲੈਂਦੇ ਤਾਂ ਸਾਡੀ ਪਾਰਟੀ ਦੇ ਪੱਲੇ ਕੀ ਰਹਿਣਾ ਸੀ। ਮੈਂ ਉਸ ਗੱਲ ਦਾ ਵਿਰੋਧ ਕੀਤਾ, ਉਹ ਉਹਨਾਂ ਨੂੰ ਵਿਰੋਧ ਮੇਰਾ ਚੰਗਾ ਨਹੀਂ ਲੱਗਾ, ਅਤੇ ਉਹਨਾਂ ਨੇ ਕਾਲੂ ਸਾਹਿਬ, ਕਿਉਂਕਿ ਤੁਸੀਂ ਬਹੁਤ ਪੁਰਾਣੇ ਰਹੇ ਹੋ ਅਕਾਲੀ ਦਲ 'ਚ, ਹੁਣ ਸਿਚੁਏਸ਼ਨ ਕੀ ਹੈ? ਕਿਉਂਕਿ ਪੰਜਾਬ ਬਚਾਓ ਯਾਤਰਾ ਵਾਧੂ ਕਰ ਰਹੇ ਨੇ, ਪਿੰਡ ਪਿੰਡ ਜਾ ਰਹੇ ਨੇ, ਸ਼ਹਿਰ ਸ਼ਹਿਰ ਜਾ ਰਹੇ ਨੇ, ਹੁਣ ਦੇ ਅਜੇ ਆਪਾਂ ਮੌਜੂਦਾ ਹਾਲਾਤ ਦੇਖੀਏ, ਕਿਸ ਤਰ੍ਹਾਂ ਦੇ ਹਾਲਾਤ ਹੈ? ਕਿਉਂਕਿ ਤੁਸੀਂ ਤਾਂ ਲਗਾਤਾਰ ਪਾਰਟੀ ਦੇ ਨਾਲ ਜੁੜੇ ਹੋ, ਕੰਮ ਵੀ ਕੀਤੇ। ਦੇਖੋ, ਪਾਰਟੀ ਦੇ ਹਾਲਾਤ ਚੰਗੇ ਨਹੀਂ ਗਏ, ਕਿਉਂਕਿ ਜਿਹੜੀ ਅੰਦਰੂਨੀ ਲੜਾਈ ਆ ਨਾ, ਉਹ ਸਾਰਿਆਂ ਨੂੰ ਪਤਾ, ਇੱਕ ਦੂਜੇ ਨੂੰ ਠਿੱਬੀ ਲਾਉਣੀ ਚਾਹੁੰਦੇ ਨੇ। ਜੇ ਕਿਸੇ ਕੋਲੋਂ ਕੋਈ ਬੰਦਾ ਕੰਮ ਲਈ ਚੰਡੀਗੜ੍ਹ ਆ ਜਾਂਦਾ ਨਾ, ਮੈਂ ਇੱਕ ਮਿਸਾਲ ਦਿੰਦਾ ਵਾਂ, ਜੇ ਮੇਰੇ ਵਰਗਾ ਬੰਦਾ ਸਿੱਧਾ ਆ ਕੇ ਪਾਰਟੀ ਦਫ਼ਤਰ ਪ੍ਰਧਾਨ ਨੂੰ ਮਿਲਣ ਲੈਂਦਾ ਨਾ, ਤਾਂ ਸ਼ਾਮ ਤੱਕ ਉਹਦੀ ਜਿਹੜੀ ਆ ਨਾ ਕਲਾਸ ਲੱਗ ਜਾਂਦੀ, ਵੀ ਤੂੰ ਸਿੱਧਾ ਕਿਉਂ ਚਲੇ ਗਿਆ, ਤੂੰ ਵਾਇਆ ਕਿਉਂ ਨਹੀਂ ਗਿਆ। ਉੱਥੇ ਚੱਲਣ ਦੀ ਆ ਸੁਪਰਮੇਸੀ ਦੀ ਗੱਲ, ਮੈਂ ਭਲਵਾਨ ਕਿ ਤੂੰ ਭਲਵਾਨ। ਜਦੋਂ ਪਾਰਟੀ 'ਚ ਇਹੋ ਜਿਹੀ ਕਾਟੋ ਕਲੇਸ਼ ਹੋਵੇ, ਪਾਰਟੀ ਵੇਖੋ ਉਹ ਸੀ ਜਿਹੜੀ 75-75 ਸੀਟਾਂ ਲੈਂਦੀ ਰਹੀ, 82-82 ਸੀਟਾਂ ਲੈਂਦੀ ਰਹੀ, ਅਤੇ 2007 ਤੋਂ ਬਾਅਦ ਜੇ ਗ੍ਰਾਫ ਡਿੱਗਣਾ ਸ਼ੁਰੂ ਹੋਇਆ ਤਾਂ ਪਾਰਟੀ ਸਿਮਟ ਕੇ 3 ਸੀਟਾਂ 'ਤੇ ਆ ਗਈ, ਅਤੇ ਇਹਦਾ ਜ਼ਿੰਮੇਵਾਰ ਕੌਣ ਆ? ਬਿਲਕੁਲ, ਮਾਝਾ ਜਿਹੜਾ ਸੀ ਨਾ, ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ, ਇੱਥੋਂ ਸਿੱਖੀ ਚੱਲਦੀ ਸੀ, ਕਿਤੇ ਵੀ ਕੋਈ ਗੜਬੜ ਹੋਣੀ ਤੇ ਆ ਕੇ ਵੋਟਾਂ ਦੀ ਜਦੋਂ ਕੋਈ ਤਾਂ ਠਾਂ ਹੋਣੀਆਂ ਤੇ ਮਾਝਾ ਆ ਕੇ ਉਹਨੂੰ ਹਲਾਰਾ ਦਿੰਦਾ ਹੁੰਦਾ ਸੀ। ਮਾਝੇ ਦੇ ਬੜੇ ਬੜੇ ਜਰਨੈਲ ਹੋਏ, ਜਗਰ ਮੋਹਨ ਸਿੰਘ ਤੁੜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਉਹਨਾਂ ਨੇ ਵਰਕਰੀ ਪੈਦਲ ਕੀਤੀ। ਹੁਣ ਵਰਕਰੀ ਹੋ ਗਈ ਆ ਕਾਰਪੋਰੇਟ ਸੈਕਟਰ 'ਤੇ, ਜਿਹਦੇ ਕੋਲ ਵੱਡੀ ਗੱਡੀ ਆ ਜਾਂ ਜਿਹਦੇ ਕੋਲ ਪੈਸੇ ਨੇ ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ,
ਤੇ ਜਿਹੜਾ ਆਮ ਵਰਕਰ ਹੈ ਉਹ ਤਾਂ ਵਿਚਾਰਾ ਡਿੱਗਦਾ ਹੀ ਫਿਰਦਾ। ਵਿਕਰਮ ਮਜੀਠੀਆ ਦਾ ਤੁਹਾਡਾ ਬੜਾ ਪਿਆਰ ਸੀਗਾ, ਲੇਕਿਨ ਅੱਜ ਤੁਸੀਂ ਉਹਨਾਂ ਤੇ ਹੀ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਕਿ ਉਹਦੇ ਜਿਹੜਾ ਹੈਗਾ ਉਹਨੇ ਕਾਫੀ ਜਿਹੜੀ ਹੈਗੀ ਚੀਜ਼ਾਂ ਖਰਾਬ ਕੀਤੀਆਂ। ਮੇਰੀ ਸ਼ੁਰੂ ਤੋਂ ਹੀ ਨਹੀਂ ਬਣੀ ਜੀ, ਤੁਹਾਡਾ ਭੁਲੇਖਾ ਹੈ। ਕਈ ਵਾਰੀ ਜਿਹੜੀਆਂ ਚੀਜ਼ਾਂ ਸਾਹਮਣੇ ਦਿਖਦੀਆਂ ਨੇ ਨਾ, ਇੰਟਰਨਲ ਕੁਝ ਹੋਰ ਹੁੰਦੀ ਹੈ, ਉਹਦੇ ਪਰਦੇ ਪਿੱਛੇ ਕਈ ਚੀਜ਼ਾਂ ਹੋਰ ਹੁੰਦੀਆਂ ਨੇ। ਕਿਉਂਕਿ ਜਦੋਂ ਮੈਂ ਯੂਥ ਵਿੰਗ ਦਾ ਪ੍ਰਧਾਨ ਬਣਿਆ ਸੀ ਨਾ ਮਾਝਾ ਜ਼ੋਨ ਦਾ, ਅਤੇ ਉਦੋਂ ਬੜਾ ਕਾਟੋ ਕਲੇਸ਼ ਹੋਇਆ ਸੀ। ਇਹਨਾਂ ਨੇ ਪਹਿਲੋਂ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਨੂੰ ਬਣਾ ਲਿਆ, ਉਹ ਛੱਡ ਕੇ ਚਲੇ ਗਏ। ਮੁੜ ਕੇ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਕਮਾਂਡ ਸਾਂਭ। ਮੈਂ ਜਦੋਂ ਕਮਾਂਡ ਸਾਂਭਣ ਤੁਰਿਆ ਸੀ ਤਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਅਤੇ ਗੁਰੂ ਦੀ ਇੰਨੀ ਬਖਸ਼ਿਸ਼ ਸੀ ਕਿ ਸਾਰੇ ਜਿਹੜੇ ਮਾਝੇ ਜ਼ੋਨ ਦੇ ਬੰਦੇ ਸੀ ਨਾ, ਉਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਅਸੀਂ ਨਤਮਸਤਕ ਹੋ ਕੇ ਗੁਰੂ ਦੀ ਓਟ ਆਸਰਾ ਲੈ ਕੇ ਵਿਚਰਨ ਦਾ ਪ੍ਰੋਗਰਾਮ ਬਣਾ ਲਿਆ। ਮਹਿਲ 3-4 ਦਿਨ ਹੋਏ ਸੀ ਮੈਂ ਪ੍ਰੋਗਰਾਮ ਰੱਖਣੇ ਸ਼ੁਰੂ ਕੀਤੇ। ਮੈਨੂੰ ਅੱਜ ਵੀ ਚੇਤਾ, ਵੇਰਕਾ ਸਾਡੇ ਬਾਈਪਾਸ ਅੰਮ੍ਰਿਤਸਰ, ਵੇਰਕਾ ਚੌਂਕ ਬੜਾ ਮਸ਼ਹੂਰ ਚੌਂਕ ਆ, ਵੋਲਵੋ ਦੀ X90 ਗੱਡੀ ਸੀ ਕਾਲੇ ਰੰਗ ਦੀ, ਉਹਦੇ ਵਿੱਚ ਮੈਨੂੰ ਬਿਠਾਇਆ ਗਿਆ ਅਤੇ ਇਹ ਦਬਕਾ ਮਾਰਿਆ ਗਿਆ ਵੀ ਤੈਨੂੰ ਸਿਰਫ ਪ੍ਰਧਾਨਗੀ ਦਿੱਤੀ ਆ, ਕੰਮ ਮੈਂ ਵੇਖਾਂਗਾ। ਕਿਹਨੇ ਦਿੱਤੀ ਮਜੀਠੀਆ ਦਾ? ਉਦੋਂ ਸਰਪ੍ਰਸਤੀ ਉਹ ਸੀ ਯੂਥ ਵਿੰਗ ਦੇ, ਅਤੇ ਮੈਂ ਉਦੋਂ ਵੀ ਹੱਥ ਖੜੇ ਕੀਤੇ ਸੀ, ਪਰ ਮੈਨੂੰ ਪਤਾ ਵਾ ਕਿ ਮੈਂ ਉਹ ਸਮਾਂ ਕਿਵੇਂ ਕੱਢਿਆ। ਇਸ ਕਰਕੇ ਬੜੀਆਂ ਗੱਲਾਂ ਨੇ, ਸਮਾਂ ਤੁਹਾਡੇ ਨਾਲ ਅਨੁਰੋਧ ਇੰਨਾ ਇਸੇ ਜਿਹੜੇ ਵਿਸ਼ੇ ਉੱਤੇ ਵਿਚਾਰਾਂ ਕਰਨੀਆਂ ਨੇ, ਪਰ ਪਾਰਟੀ ਜਿਹੜੀ ਆ ਨਾ ਅੱਜ ਖਤਮ ਹੋਣ ਕੰਢੇ ਆ ਗਈ ਆ। ਬਿਲਕੁਲ ਬਿਲਕੁਲ, ਰਵੀਕਰਨ ਕਾਲੋ ਜੀ ਵੱਲੋਂ ਦੱਸਿਆ ਗਿਆ ਅੱਜ ਬੀਜੇਪੀ ਜੁਆਇਨ ਕੀਤੀ ਗਈ ਹੈ, ਲੇਕਿਨ ਹੁਣ ਕਿਤੇ ਨਾ ਕਿਤੇ ਕਾਫੀ ਜਿਹੜਾ ਇਹਨਾਂ ਨੇ ਦੱਸਿਆ ਕਿ ਸਟਾਰਟਿੰਗ ਤੋਂ ਲੈ ਕੇ 1992 ਤੋਂ ਲੈ ਕੇ ਅਕਾਲੀ ਦਲ 'ਚ ਰਹੇ ਨੇ, ਕਾਫੀ ਦੌਰ ਜਿਹੜੇ ਇਹਨਾਂ ਨੇ ਦੇਖੇ, ਕਈ ਜਿਹੜੇ ਵਿੰਗ ਦੇ ਪ੍ਰਧਾਨ ਵੀ ਰਹੇ ਨੇ, ਕਈ ਜ਼ਿੰਮੇਦਾਰੀਆਂ ਇਹਨਾਂ ਨੇ ਦਿੱਤੀ, ਲੇਕਿਨ ਅੱਜ ਬੀਜੇਪੀ ਜੁਆਇਨ ਕੀਤੀ। ਲੇਕਿਨ ਇਹਨਾਂ ਵੱਲੋਂ ਇੱਕ ਵੱਡਾ ਬਿਆਨ ਜ਼ਰੂਰ ਦਿੱਤਾ ਗਿਆ ਕਿ ਪਾਰਟੀ ਹੁਣ ਖਤਮ ਹੋਣ ਦੀ ਕਗਾਰ 'ਚ ਹੈ, ਇੰਟਰਨਲੀ ਜਿਹੜਾ ਹੈਗਾ ਆਪਸੀ ਕਲਹਿ ਹੈ ਅਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ ਨੂੰ ਜੀ ਟੀਮ ਪੰਜਾਬ।